हाँ जा रहा हूँ। मोदी बंदा है, ਦੇਖੋ ਮੈਂ ਮਾਝਾ ਕਿਸਾਨ ਕਮੇਟੀ ਦਾ ਪ੍ਰਧਾਨ ਹਾਂ ਅਤੇ ਸੰਯੁਕਤ ਮੋਰਚੇ ਦਾ ਮੈਂਬਰ ਵੀ ਹਾਂ। ਜਿਹੜੀ ਮੋਦੀ ਸਰਕਾਰ ਨੇ 13 ਮਹੀਨੇ ਸਾਡੇ 'ਤੇ ਜ਼ੁਲਮ ਉਠਾਇਆ ਦਿੱਲੀ 'ਚ ਅਤੇ ਅੱਜ ਇਹ ਪੰਜਾਬ 'ਚ ਵੋਟਾਂ ਮੰਗਣ ਆਇਆ, ਇਹਦਾ ਇਹ ਜਵਾਬ ਆ ਵੀ ਇਹ ਵੋਟਾਂ ਕਿਹੜੇ ਮੂੰਹ ਨਾਲ ਮੰਗਣ ਆਏ ਆ BJP ਵਾਲੇ, ਇਹਨਾਂ ਦਾ ਵੋਟ ਦਾ ਹੱਕ ਬਣਦਾ ਹੀ ਨਹੀਂ। ਜਿਹੜੇ ਇੱਥੇ ਪੰਜਾਬ ਦੇ ਰਹਿਣ ਵਾਲੇ ਲੋਕ ਜਿਹੜੇ ਇੱਥੇ ਇਹਨਾਂ ਨੂੰ ਬੁਲਾ ਰਹੇ ਆ, ਇਹਨਾਂ ਦੀਆਂ ਰੈਲੀਆਂ ਕਰਾ ਰਹੇ ਆ, ਉਹਨਾਂ ਲੋਕਾਂ ਨੂੰ ਵੀ ਸੋਚ ਲੈਣਾ ਚਾਹੀਦਾ ਕਿ ਜਿਹੜੇ 750 ਉੱਥੇ ਕਿਸਾਨ ਸ਼ਹੀਦ ਹੋਇਆ 13 ਮਹੀਨੇ ਸੜਕਾਂ 'ਤੇ ਬਹਿ ਕੇ, ਉਹਨਾਂ ਦਾ ਕੀ ਕਸੂਰ ਸੀ? ਜਿਹੜਾ ਸਾਡਾ ਵੀਰ ਸ਼ੁਭਕਰਨ ਜਿਹਨੂੰ ਸਿਰ 'ਚ ਗੋਲੀ ਮਾਰ ਕੇ ਇਹਨਾਂ ਨੇ ਸ਼ਹੀਦ ਕੀਤਾ, ਇਹ ਆਪਣੇ ਬਾਰਡਰ 'ਤੇ, ਸ਼ੰਭੂ ਵਾਲੇ ਬਾਰਡਰ 'ਤੇ, ਉਹਦਾ ਕੀ ਕਸੂਰ ਸੀ? ਇਹ ਸਾਰੀਆਂ ਜਿਹੜੇ ਇਸ਼ੂ ਆ ਸਾਡੇ, ਜੇ ਸਾਡੇ MSP ਦਾ ਇਸ਼ੂ ਆ ਅਤੇ ਉਹ ਆਪਣੀ ਫਸਲ ਦਾ ਅਸੀਂ ਰੇਟ ਮੰਗਦੇ ਹਾਂ, ਅਸੀਂ ਇਹਨਾਂ ਕੋਈ ਵਾਧੂ ਪੈਸੇ ਨਹੀਂ ਮੰਗਦੇ ਵੀ ਸਾਨੂੰ ਕੋਈ ਵਾਧੂ ਪੈਸੇ ਦੇ ਦਿਓ ਅਤੇ ਸਾਨੂੰ ਫਸਲ ਦੇ ਜ਼ਿਆਦਾ ਚਾਹੀਦੇ। ਘਰਾਂ ਤੋਂ ਬਾਹਰ ਬੈਠੇ ਆ, ਉਹਨਾਂ ਨੂੰ ਇਹੋ ਅਪੀਲ ਆ ਕਿ ਇਹਨਾਂ ਨੂੰ ਵੋਟ ਪਾ ਕੇ, ਬਿਲਕੁਲ ਇਹਨਾਂ ਨੂੰ ਵੋਟ ਨਾ ਪਾਇਓ। ਜੇ ਤੁਸੀਂ ਇਹਨਾਂ ਨੂੰ ਵੋਟ ਪਾਈ ਤਾਂ ਸਮਝ ਲਓ ਤੁਸੀਂ ਉਹ ਸਾਡੇ 700 ਕਿਸਾਨ ਜਿਹੜੇ ਉਹਨਾਂ ਦੀ ਜਿਹੜੀ ਸ਼ਹੀਦੀ ਆ ਜਿਹੜੀ ਆ ਉਹਨਾਂ ਦੀ ਛਾਤੀ ਦੇ ਉੱਤੇ ਚੜ੍ਹ ਕੇ ਤੁਸੀਂ ਵੋਟ ਪਾਓਗੇ। ਇਹ ਜਿਹੜਾ ਕਿ ਆਪਣੇ ਕਿਸਾਨ ਵੀਰਾਂ ਦੇ ਇਹਨਾਂ 'ਤੇ ਧਿਆਨ ਜ਼ਰੂਰ ਰੱਖਿਓ। ਵੇਖੋ ਸਾਨੂੰ ਇੱਥੇ ਰੋਕਿਆ ਗਿਆ ਵਾ, ਪ੍ਰਸ਼ਾਸਨ ਨੇ ਕਿਹਾ ਵੀ ਅਸੀਂ ਲੋਅ ਆਰਡਰ ਜਿਹੜਾ ਵਾ ਮੇਨਟੇਨ ਕਰਨਾ, ਅਸੀਂ ਅੱਗੇ ਤੁਹਾਨੂੰ ਨਹੀਂ ਜਾਣ ਦੇਵਾਂਗੇ। ਚਲੋ ਸਾਡੀ ਇਹਦੇ ਵਿੱਚ ਕੋਈ ਪ੍ਰਸ਼ਾਸਨ ਨਾਲ ਲੜਾਈ ਨਹੀਂ ਆ, ਕੋਈ ਸਾਡਾ ਪ੍ਰਸ਼ਾਸਨ ਨਾਲ ਕੋਈ ਝਗੜਾ ਨਹੀਂ ਗਾ। ਅਸੀਂ ਕੋਸ਼ਿਸ਼ ਕਰਾਂਗੇ ਪ੍ਰਸ਼ਾਸਨ ਨਾਲ ਸਾਡੀ ਗੱਲਬਾਤ ਚੱਲਣ ਦੀ ਆ ਵੀ ਸਾਨੂੰ ਮਾਰਚ ਕਰਨ ਦਿੱਤਾ ਜਾਵੇ, ਸਾਨੂੰ ਮੋਦੀ ਤੱਕ ਪਹੁੰਚਣ ਦਿੱਤਾ ਜਾਵੇ ਜਿੱਥੇ ਉਹਨਾਂ ਦੀ ਰੈਲੀ ਆ। ਬਾਕੀ ਪ੍ਰਸ਼ਾਸਨ ਵਾਲੇ ਅੱਗੇ ਸਾਡੇ ਨਾਲ ਕੀ ਕੋਪਰੇਟ ਕਰਦੇ ਆ ਉਹ ਬਾਅਦ ਦੀ ਗੱਲ ਆ, ਪਰ ਸਾਡਾ ਵਿਰੋਧ ਜਿਹੜਾ ਵਾ ਅੱਜ ਵੀ ਜਿਹੜਾ ਅਸੀਂ ਵਿਰੋਧ ਆਪਣਾ ਸੜਕ 'ਤੇ ਆ ਗਏ ਹਾਂ। ਇੱਥੋਂ ਅਸੀਂ ਕੋਸ਼ਿਸ਼ ਕਰਾਂਗੇ ਵੀ ਅਸੀਂ ਕਾਲੇ ਝੰਡੇ ਦਿਖਾ ਕੇ ਅੱਗੇ ਜਾਣ ਦੀ ਕੋਸ਼ਿਸ਼ ਕਰਾਂਗੇ।